ਹਰਜੀਤ ਸਿੰਘ, ਪਿੰਡ ਇੰਦਰਾ ਕਲੋਨੀ, ਸਾਬਕਾ ਪੰਚ, ਔਰ ਮੇਰੀ ਵਾਈਫ ਮੌਜੂਦਾ ਸਰਪੰਚ, ਔਰ ਦਸ਼ਮੇਸ਼ ਟੈਂਟ ਹਾਊਸ ਨਗਰ ਵੱਲੋਂ ਦੀਵਾਲੀ ਔਰ ਬੰਦੀ ਛੋੜ ਦੇਖਦੇ ਹਾਂ। ਦੇਸ਼ ਔਰ ਵਿਦੇਸ਼ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ, ਔਰ ਇਹ ਆਸ ਕਰਦੇ ਕਿ ਇਸ ਚੀਜ਼ ਸਾਰੇ ਦੀਵਾਲੀ ਦੇ ਕਰਕੇ ਨਾ ਵਜਾਉਣ, ਔਰ ਤਾਂ ਕਿ ਵਾਤਾਵਰਨ ਆਪਣਾ ਸਹੀ ਰਹਿ ਸਕੇ, ਤਾਂ ਪ੍ਰਦੂਸ਼ਣ ਨਾ ਹੋਵੇ, ਔਰ ਜੋ ਕਰੋਨਾ ਦੀ ਮਹਾਂਮਾਰੀ ਚੱਲਦੀ ਆ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਤੋਂ ਵੀ ਜਲਦੀ ਤੋਂ ਜਲਦੀ ਦੇਸ਼ ਵਾਸੀਆਂ ਨੂੰ ਔਰ ਵਿਦੇਸ਼ ਵਾਸੀਆਂ ਨੂੰ ਛੁਟਕਾਰਾ ਮਿਲੇ। ਹਾਂ, ਇਹ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਔਰ ਇਹ ਇਸ ਸ਼ੁਭ ਮੌਕੇ 'ਤੇ ਫਲਾਂ ਦੇ ਬੂਟੇ ਔਰ ਦੂਸਰੇ ਬੂਟੇ ਲਗਾਏ ਜਾਣ, ਤਾਂ ਕਿ ਵਾਤਾਵਰਨ ਦੇ ਵਿੱਚ ਬਦਲਾਅ ਆ ਸਕੇ।